ਹੈਲੋ ਫਰੈਂਡਸ, ਤੁਸੀਂ ਗੁਰਪ੍ਰੀਤ ਸਿੰਘ ਫਰੋਮ ਵੀਜ਼ਾ ਗੁਰੂ ਸਟੱਡੀ ਅਬਰੋਡ। ਕੈਨੇਡਾ ਦੇ ਟੂਰਿਸਟ, ਵਿਜ਼ਟਰ, ਸਪਾਊਸ ਔਰ ਸਟੂਡੈਂਟ ਵੀਜ਼ਾ 'ਤੇ ਆਪਾਂ ਇਹ ਵੀਡੀਓ ਲੈ ਕੇ ਆਏ ਹਾਂ। ਪ੍ਰੋਸੈਸਿੰਗ ਟਾਈਮ, ਟ੍ਰੈਂਡ, ਕੀ ਚੈਲੰਜਸ ਆ ਰਹੇ ਆ ਏਅਰਪੋਰਟ 'ਤੇ, ਐਮਬੈਸੀ ਦੇ ਵਿੱਚ ਕੀ ਨਿਊ ਰੂਲਸ ਇੰਪਲੀਮੈਂਟ ਹੋਏ ਆ, ਉਸ 'ਤੇ ਆਪਾਂ ਇਹ ਵੀਡੀਓ ਸਾਰੀ ਡਿਸਕਸ ਕਰਾਂਗੇ। ਸੋ ਏ ਟੂ ਜੈੱਡ ਸਨੈਰੀਓ ਆ, ਜੋ ਵੀ ਕੈਨੇਡਾ ਲਈ ਇੰਟਰਸਟਡ ਆ ਸਟੂਡੈਂਟਸ ਉਹ ਜਾਂ ਕੋਈ ਕਲਾਇੰਟ, ਉਹ ਇਸ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੇ। ਔਰ ਇੱਕ ਮੇਰੀ ਹੋਰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਕਿਉਂਕਿ ਵੀਡੀਓਸ ਬਹੁਤ ਆਡੀਅੰਸ ਦੇਖਦੇ ਆ ਬਟ ਓਨੀ ਸਬਸਕ੍ਰਿਪਸ਼ਨ ਨਹੀਂ ਹੁੰਦੀ। ਸੋ ਮੇਰੀ ਇਹੀ ਰਿਕੁਐਸਟ ਆ ਕਿ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਚੈਨਲ ਦੇਖਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀਡੀਓ ਦੇਖਣ ਤੋਂ। ਸੋ ਕਮ ਟੂ ਦੀ ਪੁਆਇੰਟ, ਸਭ ਤੋਂ ਪਹਿਲਾਂ ਟੂਰਿਸਟ ਵੀਜ਼ਾ ਦੀ ਗੱਲ ਕਰਦੇ ਹਾਂ। ਟੂਰਿਸਟ ਵੀਜ਼ਾ ਹੋਟਲ ਬੁਕਿੰਗ 'ਤੇ ਜੋ ਲੱਗ ਰਿਹਾ ਉਹ 10 ਦੇ ਵਿੱਚੋਂ 2-3 ਵੀਜ਼ਾ ਆ ਰਹੇ ਆ, ਮਤਲਬ ਸਕਸੈਸ ਰੇਟ 20-30% ਰਹਿ ਗਿਆ। ਉਹ ਵੀ ਅਗਰ ਤੁਹਾਡੀ ਪ੍ਰੋਫਾਈਲ ਇੰਡੀਆ ਤੋਂ ਸਟਰੋਂਗ ਆ, ਜੋਬ ਪ੍ਰੋਫਾਈਲ ਤੁਹਾਡੀ ਅੱਛੀ ਆ, ਵਧੀਆ ਸੈਲਰੀ ਆ, ਪ੍ਰੋਪਰਟੀ ਤੁਹਾਡੀ ਬਹੁਤ ਵਧੀਆ, ਤਾਂ ਤੁਹਾਡਾ ਹੋਟਲ ਬੁਕਿੰਗ 'ਤੇ ਵੀਜ਼ਾ ਆ ਸਕਦਾ, ਮਿਨੀਮਮ ਚਾਂਸਿਸ ਆ, ਜ਼ਿਆਦਾ ਰਿਫਿਊਜ਼ਲ ਆ। ਇਸ ਦੇ ਓਪੋਜਿਟ ਅਗਰ ਆਪਾਂ ਦੇਖੀਏ ਵਿਜ਼ਟਰ ਵੀਜ਼ਾ, ਅਗਰ ਤੁਸੀਂ ਕਿਸੇ ਨੂੰ ਵਿਜ਼ਿਟ ਕਰਨ ਜਾਂਦੇ ਤਾਂ ਵਿਜ਼ਟਰ ਵੀਜ਼ਾ ਆਪਾਂ ਬੋਲਦੇ ਹਾਂ। ਤੁਹਾਡਾ ਕੋਈ ਫਰੈਂਡ ਆ, ਰਿਲੇਟਿਵ ਆ, ਬਲੱਡ ਸਰਕਲ ਆ, ਉੱਥੋਂ ਤੁਹਾਨੂੰ ਸਪੋਂਸਰ ਮੰਗਾਉਣੀ ਪੈਂਦੀ। ਸਪੋਂਸਰ ਕੀ ਹੁੰਦਾ? ਇੱਕ ਐਫੀਡੇਵਿਟ ਹੁੰਦਾ, ਜਿਵੇਂ ਆਪਾਂ ਇੰਡੀਆ ਦੇ ਵਿੱਚ ਕਚਹਿਰੀ 'ਚ ਜਾ ਕੇ ਐਫੀਡੇਵਿਟ ਬਣਾਉਂਦੇ ਹਾਂ, ਉਵੇਂ ਉੱਧਰਲੇ ਲੋਇਰ ਤੋਂ ਇੱਕ ਐਫੀਡੇਵਿਟ ਬਣਦਾ $50 ਦਾ। ਸੋ ਬਹੁਤ ਹੀ ਮਤਲਬ ਇੰਡੀਅਨ ਕਰੰਸੀ 5-7 ਹਜ਼ਾਰ ਦੇ ਵਿੱਚ ਬਣ ਜਾਂਦਾ, ਉਹ ਬਹੁਤ ਮਿਨੀਮਮ ਰੇਟ 'ਤੇ ਬਣ ਜਾਂਦਾ। ਉਹ ਇਨਵੀਟੇਸ਼ਨ ਸਪੋਂਸਰ ਤੁਹਾਡੇ ਵੀਜ਼ੇ ਦਾ ਆਧਾਰ ਆ, ਉਸ ਦੇ ਨਾਲ ਪਾਸਪੋਰਟ ਲੱਗੇਗਾ, ਜਿਹਨੇ ਤੁਹਾਨੂੰ ਇਨਵੀਟੇਸ਼ਨ ਭੇਜਿਆ ਉਸਦਾ ਪਾਸਪੋਰਟ, ਉਸਦੀ ਜੋਬ ਪ੍ਰੋਫਾਈਲ, ਅਗਰ PR ਆ ਤਾਂ PR ਕਾਰਡ ਵੀ ਲੱਗੇਗਾ, ਡਰਾਈਵਿੰਗ ਲਾਇਸੈਂਸ, ਜਿੰਨੇ ਉੱਥੋਂ ਪਰੂਫ ਤੁਸੀਂ ਮੰਗਾ ਸਕਦੇ ਹੋ ਥੋੜ੍ਹੇ ਆ। ਸੋ ਵੱਧ ਤੋਂ ਵੱਧ ਪਰੂਫ ਤੁਸੀਂ ਆਪਣੇ ਕੈਨੇਡਾ ਤੋਂ ਅਰੇਂਜ ਕਰਵਾ ਸਕਦੇ ਹੋ। ਹੁਣ ਇਸ ਦੇ ਵਿੱਚ ਇੱਕ ਚੀਜ਼ ਹੋਰ ਆ ਕਿ ਵੀਜ਼ਾ ਗੁਰੂ ਸਟੱਡੀ ਅਬਰੋਡ ਵੀ ਕੰਮ ਕਰ ਰਿਹਾ, ਸਪੋਂਸਰ ਅਸੀਂ ਵੀ ਅਰੇਂਜ ਕਰਵਾ ਰਹੇ ਹਾਂ ਜੈਨੂਅਨ, ਔਰ ਤੁਹਾਡੀ ਐਂਟਰੀ 100% ਕਲੀਅਰ ਹੋਏਗੀ, ਔਰ ਤੁਸੀਂ ਪੇਮੈਂਟ ਵੀ ਵੀਜ਼ਾ ਆਉਣ ਤੋਂ ਬਾਅਦ ਵਿੱਚ ਦੇਣੀ ਆ। ਸੋ ਕਮ ਟੂ ਦੀ ਪੁਆਇੰਟ, ਹੁਣ ਆਪਾਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਦੀ। ਸਟੂਡੈਂਟ ਵੀਜ਼ਾ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦੀ ਵੀ ਪ੍ਰੋਫਾਈਲ ਆ, ਅਗਰ GIC ਦੇ ਨਾਲ ਤੁਹਾਡੇ 5-7 ਲੱਖ ਦੇ ਫੰਡਸ ਲੱਗ ਜਾਂਦੇ ਆ, ਪ੍ਰੋਪਰ ITRs ਲੱਗ ਜਾਂਦੀਆਂ, ਇੱਕ ਅੱਛੀ SOP ਲੱਗ ਜਾਂਦੀ ਆ, ਮੈਚਿਓਰ SOP, ਤਾਂ ਡੈਫੀਨੇਟਲੀ ਯੂ ਕੈਨ ਗੈਟ ਯੂਅਰ ਵੀਜ਼ਾ। ਸਟੂਡੈਂਟ ਵੀਜ਼ਾ ਦੇ ਵਿੱਚ ਸਿਰਫ ਇਹ 2-3 ਚੀਜ਼ਾਂ ਵੀਜ਼ਾ ਆਫੀਸਰ ਦੇਖ ਕੇ, ਜਾਂ ਅਗਰ ਕੰਪਿਊਟਰ ਵੀਜ਼ਾ ਦੇ ਰਿਹਾ, ਇਹ 2-3 ਚੀਜ਼ਾਂ ਦੇਖ ਕੇ ਹੀ ਵੀਜ਼ਾ ਦੇ ਰਿਹਾ। ਸੋ ਇਸ ਵੀਡੀਓ ਨਾਲ ਰਿਲੇਟਡ ਸਿਮੀਲੈਰਿਟੀ ਕਾਫੀ ਸੀਗੀ ਜੋ ਮੈਂ ਕੱਲ੍ਹ ਵੀਡੀਓ ਬਣਾਈ, ਬਟ ਅੱਜ ਕਾਫੀ ਉਸ ਤੋਂ ਬਾਅਦ ਕਾਲਸ ਆਈਆਂ ਕਿ ਸਰ ਹੋਰ ਡਿਸਕ੍ਰਾਈਬ ਕਰੋ ਇਸ ਨੂੰ, ਕਿ ਹੋਰ ਇਸ ਨੂੰ ਡਿਸਕ੍ਰਾਈਬ ਕਰਕੇ ਸਾਨੂੰ ਦੱਸੋ, ਡੀਪਲੀ ਦੱਸੋ। ਸੋ ਮੇਰੀ ਇਹੀ ਕੋਸ਼ਿਸ਼ ਆ ਕਿ ਤੁਹਾਨੂੰ ਡੀਪਲੀ ਦੱਸਾਂ। ਇਸ ਵੀਡੀਓ ਲਈ ਮੈਂ ਕੋਈ ਕੰਟੈਂਟ ਨਹੀਂ ਰੈਡੀ ਕੀਤਾ, ਜੋ ਮੇਰਾ ਐਕਸਪੀਰੀਅੰਸ ਆ ਮੈਂ ਉਸਦੇ ਬਿਹਾਫ 'ਤੇ ਤੁਹਾਡੇ ਨਾਲ ਗੱਲ ਕਰ ਰਿਹਾ। ਸੋ ਫਿਰ ਵੀ ਤੁਹਾਡਾ ਕੋਈ ਕੁਐਸਚਨ ਰਹਿ ਜਾਂਦਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ। ਸਪਾਊਸ ਵੀਜ਼ਾ, ਕਰੋਨਾ ਦੇ ਟਾਈਮ ਜਦੋਂ ਕਰੋਨਾ ਆਇਆ ਤਾਂ ਹਰ ਕਿਸੇ ਵੀਜ਼ੇ ਨੂੰ ਸਾਲ ਲੱਗਿਆ, ਬਟ ਸਪਾਊਸ ਵੀਜ਼ਾ ਵਾਲਾ ਕਰੋਨਾ ਹਜੇ ਨਹੀਂ ਗਿਆ। ਜੋ ਸਪਾਊਸ ਕੈਟਾਗਰੀ ਆ ਉਹਨਾਂ ਦੇ ਸਟਾਫ, ਜੋ ਸਟਾਫ ਵੀਜ਼ਾ ਦਿੰਦਾ ਮੈਸੀ ਦਾ, ਉਹਨਾਂ ਲਈ ਸ਼ਾਇਦ ਹਜੇ ਵੀ ਕਰੋਨਾ ਹੀ ਆ, ਕਿਉਂਕਿ 8-10 ਮਹੀਨੇ ਲੱਗ ਰਹੇ ਆ ਸਪਾਊਸ ਵੀਜ਼ਾ ਨੂੰ। ਤੁਸੀਂ ਅੱਜ ਵੀ ਫਾਈਲ ਅਗਰ ਤੁਸੀਂ ਲਗਾਉਣੇ ਹੋ, ਕੋਈ ਭਰੋਸਾ ਨਹੀਂ ਕਿ ਉਹ ਵੀਜ਼ਾ 4 ਮਹੀਨਿਆਂ 'ਚ ਆਉਂਦਾ, 6-ਆਂ 'ਚ ਆਉਂਦਾ, 8-ਆਂ 'ਚ ਆਉਂਦਾ, 10-ਆਂ 'ਚ ਆਉਂਦਾ, ਕਿ ਸਾਲ ਹੀ ਲੱਗਦਾ। ਸੋ ਸਪਾਊਸ ਵੀਜ਼ਾ ਵਾਲਿਆਂ ਨੂੰ ਬਹੁਤ ਜ਼ਿਆਦਾ, ਉਨੇ ਟਾਈਮ ਨੂੰ ਸਪਾਊਸ ਜੋ ਕੈਨੇਡਾ ਦੇ ਵਿੱਚ ਆ ਉਸਦਾ ਸਟੇਟਸ ਚੇਂਜ ਹੋ ਜਾਂਦਾ। ਸੋ ਤੁਸੀਂ ਕੀ ਕਰ ਸਕਦੇ ਹੋ, ਵੈਫੋਮ ਰੇਜ਼ ਕਰ ਸਕਦੇ ਹੋ 1-2 ਵਾਰ, ਅਗਰ ਤੁਹਾਡਾ ਵੀਜ਼ਾ ਆ ਜਾਂਦਾ ਰਿਜ਼ਲਟ ਤਾਂ ਵੈਲ ਐਂਡ ਗੁੱਡ, ਅਦਰਵਾਈਜ਼ ਤੁਹਾਨੂੰ ਵੇਟ ਕਰਨੀ ਪੈਣੀ ਹੈ। ਨਾਲ ਦੀ ਨਾਲ ਇਸ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਕਿ ਜਦੋਂ ਤੁਹਾਡਾ ਸਟੇਟਸ ਚੇਂਜ ਹੁੰਦਾ ਵਾਈਫ ਦਾ ਉੱਧਰ, ਕੋਈ ਵੀ ਅਗਰ ਉਹ ਸਟੱਡੀ 'ਤੇ ਤੁਸੀਂ ਫਾਈਲ ਲਗਾਈ ਸੀ ਸਪਾਊਸ, ਹੁਣ ਤੁਸੀਂ ਵਰਕ ਪਰਮਿਟ ਤੁਹਾਡੀ ਵਾਈਫ ਚਲੇ ਗਏ ਜਾਂ ਹਸਬੈਂਡ ਉੱਧਰ ਵਾਲੇ,
ਤਾਂ ਤੁਸੀਂ ਉਹ ਅਪਡੇਟ ਜ਼ਰੂਰ ਅੰਬੈਸੀ ਨੂੰ ਦਿਆ ਕਰੋ ਕਿ ਹੁਣ ਮੇਰੀ ਵਾਈਫ ਦੀ ਅਪਡੇਸ਼ਨ ਆ। ਉਸ ਦੇ ਨਾਲ ਕੋਈ ਨੈਗੇਟਿਵ ਇੰਪੈਕਟ ਨਹੀਂ ਪਏਗਾ, ਪੋਜ਼ਿਟਿਵ ਇੰਪੈਕਟ ਪਏਗਾ। ਵੀਜ਼ਾ ਅਫਸਰ ਉਹ ਸੱਚਾਈ ਸੁਣਨਾ ਜ਼ਿਆਦਾ ਪਸੰਦ ਕਰਦੇ ਆ ਕਿ ਠੀਕ ਆ, ਸਾਡੇ ਤੋਂ ਕੋਈ ਇਹਨਾਂ ਨੇ ਹਿਡਨ ਨਹੀਂ ਰੱਖਿਆ, ਕੋਈ ਵੀ ਲੁਕਾ ਛੁਪਾ ਕੇ ਕੋਈ ਇਨਫੋਰਮੇਸ਼ਨ ਨਹੀਂ ਰੱਖੀ, ਨਾਲ ਦੀ ਨਾਲ ਦੱਸਦੇ ਰਹੇ ਆ। ਹੁਣ ਇੱਥੇ ਸਪਾਊਸ ਵੀਜ਼ਾ ਵਾਲੇ ਜਿਹੜੇ ਵੀਜ਼ਾ ਇੱਥੋਂ ਮੈਰਿਜ ਲੱਗ ਇਹਨਾਂ ਦੀ ਹੁੰਦੀ ਆ ਸਪਾਊਸ ਦੀ, ਠੀਕ ਆ ਜੀ, ਬਹੁਤ ਕੰਟਰੈਕਟ ਕਰਾਉਂਦੇ, ਬਹੁਤ ਪੱਕੀ ਵੀ ਕਰਵਾਉਂਦੇ ਆ। ਸੋ ਇਹ ਵੀ ਤੁਸੀਂ ਖਾਸ ਧਿਆਨ ਦੇ ਵਿੱਚ ਰੱਖਣਾ, ਜਦੋਂ ਮੈਰਿਜ ਹੋਊਗੀ ਸਟੂਡੈਂਟ ਨਾਲ ਦੀ ਨਾਲ ਹੀ ਆਪਣਾ ਮੈਰਿਜ ਸਰਟੀਫਿਕੇਟ ਅੰਬੈਸੀ ਨੂੰ ਜੋ ਵਾਇਆ ਵੈੱਬ ਫੋਰਮ ਅਪਡੇਟ ਕਰ ਦਿਓ, ਦੱਸ ਦੇ ਕੇ ਮੇਰੀ ਮੈਰਿਜ ਹੋ ਗਈ ਆ। ਬੇਸ਼ੱਕ ਤੁਸੀਂ ਸਪਾਊਸ ਦੀ ਫਾਈਲ 6 ਮਹੀਨੇ ਬਾਅਦ ਲਗਾ ਰਿਹਾ ਸਟੂਡੈਂਟ, ਡਜ਼ਨਟ ਮੈਟਰ। ਸੋ ਇੱਥੇ ਤੁਹਾਡੇ ਜਿਹੜੇ ਇੱਕ CRS ਸਕੋਰ ਹੁੰਦਾ, ਜਦੋਂ ਆਪਾਂ ਬੈਂਕ ਦੇ ਵਿੱਚ ਅਕਾਊਂਟ ਓਪਨ ਕਰਦੇ ਹਾਂ, ਆਪਾਂ ਲੋਨ ਵਗੈਰਾ ਲੈਂਦੇ ਹਾਂ ਉੱਥੋਂ, ਠੀਕ ਆ। ਸੋ CRS ਦੇਖਿਆ ਜਾਂਦਾ ਪੁਆਇੰਟ ਕਿ ਕਿੰਨਾ ਚੰਗਾ ਵਿਹਾਰ ਰਿਹਾ ਇਸਦਾ ਬੈਂਕ ਦੇ ਨਾਲ। ਅਗਰ CRS ਸਕੋਰ ਤੁਹਾਡਾ ਗੁੱਡ ਆ, ਐਕਸੀਲੈਂਟ ਆ, ਤਾਂ ਤੁਸੀਂ ਕਰੋੜ ਤੱਕ ਦਾ ਵੀ ਤੁਸੀਂ ਜਿਹੜਾ ਲੋਨ ਆ ਉਹ ਲੈ ਸਕਦੇ ਆ। ਬਟ ਅਗਰ ਤੁਹਾਡੀ ਮਾੜਾ ਤੁਹਾਡਾ ਵਿਵਹਾਰ ਰਿਹਾ, ਤੁਸੀਂ ਛੋਟਾ ਜਿਹਾ ਲੋਨ ਲਿਆ ਸੀ, ਉਹਦੀਆਂ ਵੀ ਕਿਸ਼ਤਾਂ ਟਾਈਮ 'ਤੇ ਨਹੀਂ ਦਿੱਤੀਆਂ, ਲੇਟ ਹੋ ਗਈਆਂ ਜਾਂ ਕੀ ਦਿੱਤੀਆਂ ਹੀ ਨਹੀਂ, ਉਸ ਤੋਂ ਬਾਅਦ ਡਿਫਾਲਟਰ ਹੋ ਗਏ, ਤਾਂ ਉਹ CRS ਸਕੋਰ ਆ ਜਿਹੜਾ ਉਹ ਬਿਲਕੁਲ ਲੋਅ ਹੋ ਜਾਂਦਾ। ਤੁਹਾਨੂੰ ਕੋਈ ਬੈਂਕ ਵੀ ਮੂੰਹ ਨਹੀਂ ਲਾਉਂਦੀ ਇੱਥੋਂ ਕਿ ਪ੍ਰਾਈਵੇਟ ਵਾਲੇ ਵੀ ਲੋਨ ਨਹੀਂ ਛੇਤੀ ਦਿੰਦੇ ਜਿਸਦਾ CRS। ਉਵੇਂ ਹੀ ਕੈਨੇਡਾ ਦੇ ਵਿੱਚ ਵੀ ਇੱਕ CRS ਹੀ ਆ ਜਿੱਥੇ ਉਹ ਤੁਹਾਡੇ ਪੁਆਇੰਟ ਜਿਹੜੇ ਕੈਲਕੂਲੇਟ ਕਰਦੇ ਆ ਕਿ ਇਹ ਜਿਹੜਾ ਸਟੂਡੈਂਟ ਆ ਇਹ ਕਲਾਇੰਟ ਕਿੰਨਾ ਕੁ ਜੈਨੂਅਨ ਆ। ਸੋ ਅਗਰ ਤੁਸੀਂ ਜਦੋਂ ਆਪਣੇ ਪੇਰੈਂਟਸ ਦਾ ਵੀਜ਼ਾ ਅਪਲਾਈ ਕਰਦੇ ਹੋ ਜਾਂ ਸਪਾਊਸ ਦਾ ਵੀਜ਼ਾ ਅਪਲਾਈ ਕਰਦੇ ਹੋ, ਤੁਹਾਡੀ ਸਾਰੀ ਪ੍ਰੋਫਾਈਲ ਓਪਨ ਕਰਕੇ ਦੇਖਦੇ ਆ ਕਿ ਇਹ ਕਿੰਨਾ ਕੁ ਇਮਾਨਦਾਰ, ਇਹਦੀ ਇੰਟੈਂਸ਼ਨ ਕੀ ਆ ਸਟੂਡੈਂਟ ਦੀ ਜਿਹੜਾ ਹੁਣ ਆਪਣੀ ਵਾਈਫ ਨੂੰ ਮੈਰਿਜ ਕਰਵਾ ਕੇ ਨਾਲ ਲੈ ਕੇ ਜਾ ਰਿਹਾ ਜਾਂ ਬਾਅਦ ਵਿੱਚ ਬੁਲਾ ਰਿਹਾ ਜਾਂ ਪੇਰੈਂਟਸ ਨੂੰ ਬੁਲਾ ਰਿਹਾ। ਸੋ ਆਪਣਾ CRS ਸਕੋਰ ਕੈਨੇਡਾ ਦੇ ਵਿੱਚ ਟੌਪ ਰੱਖਿਆ ਕਰੋ। ਕੋਈ ਵੀ ਛੋਟੀ ਜਿਹੀ ਇਨਫੋਰਮੇਸ਼ਨ ਆ ਨਾਲ ਦੀ ਨਾਲ ਅੰਬੈਸੀ ਨੂੰ ਤੁਸੀਂ ਪਾਸ ਕਰ ਦਿਆ ਕਰੋ। ਉੱਥੇ ਕੀ ਹੁੰਦਾ ਕਿ ਜੇ ਤੁਸੀਂ ਵੀਜ਼ਾ ਬਾਅਦ ਵਿੱਚ ਕਿਸੇ ਦਾ ਵੀ ਅਪਲਾਈ ਕਰਦੇ ਹੋ ਤਾਂ 15-20 ਦਿਨਾਂ ਦੇ ਵਿੱਚ ਖੁਸ਼ ਹੋ ਕੇ ਵੀਜ਼ਾ ਅਫਸਰ ਵੀਜ਼ਾ ਅਪਰੂਵ ਕਰ ਦਿੰਦਾ ਕਿ ਠੀਕ ਆ ਸਾਡਾ ਜੈਨੂਅਨ ਬੰਦੇ ਨਾਲ ਵਾਹ ਪਿਆ। ਸੋ ਇਹ ਸਪਾਊਸ ਵੀਜ਼ਾ ਦੀ ਡੂੰਘਾਈ ਆ ਜਿੰਨੀ ਕੁ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਅਗਰ ਰਿਫਿਊਜ਼ ਹੋ ਚੁੱਕੇ ਹੋ ਸਪਾਊਸ ਵਿਜ਼ਟਰ ਵੀਜ਼ਾ 'ਤੇ ਜਾ ਕੇ ਉੱਥੇ ਅਸਾਈਲਮ ਸਟੇਅ ਲੈ ਸਕਦੇ ਹੋ। ਸੋ ਸਪਾਊਸ ਵਿਜ਼ਟਰ SVV ਮੈਂ ਨਾਮ ਦਿੱਤਾ ਸੀਗਾ ਇਸ ਕੈਟਾਗਰੀ ਨੂੰ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਗਰ SVV ਕੈਟਾਗਰੀ ਦੇ ਤਹਿਤ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ। ਸਟੂਡੈਂਟ ਵੀਜ਼ਾ ਅਸੀਂ ਅਪਲਾਈ ਕਰ ਰਹੇ ਹਾਂ ਜਿਹੜੇ ਨਹੀਂ ਜਾ ਸਕਦੇ, ਜਿਨ੍ਹਾਂ ਦੀ ਕਾਫੀ ਰਿਫਿਊਜ਼ਲ ਆ ਚੁੱਕੇ, ਵੀਕ ਪ੍ਰੋਫਾਈਲ ਆ, ਉਹਨਾਂ ਨੂੰ ਅਸੀਂ ਭੇਜ ਰਹੇ ਹਾਂ। ਬਹੁਤ ਸਟੂਡੈਂਟਸ ਹੁਣ 24/24 ਪਾਸ ਆਊਟ ਵਾਲੇ ਵੀ ਆ ਰਹੇ ਆ, ਸਤ ਬੈਂਡ ਲੈ ਕੇ ਫਰੈਸ਼ ਕੇਸਿਸ ਵੀ ਸਾਡੇ ਕੋਲ ਕਾਫੀ ਆ ਰਹੇ, ਜਿਨ੍ਹਾਂ ਵਿੱਚ ਅਸੀਂ ਸਕੋਲਰਸ਼ਿਪ ਦਵਾ ਰਹੇ ਹਾਂ, ਕੋਈ ਐਡਵਾਂਸ ਪੇਮੈਂਟ ਨਹੀਂ ਲੈ ਰਹੇ। ਟੂਰਿਸਟ ਅਸੀਂ ਹੋਟਲ ਬੁਕਿੰਗ ਨੂੰ ਅਵਾਈਡ ਕਰ ਰਹੇ ਹਾਂ ਕਿਉਂਕਿ ਅਸੀਂ ਸਪੋਂਸਰ ਆਪ ਹੀ ਅਰੇਂਜ ਕਰਵਾ ਦਿੰਦੇ ਹਾਂ ਜੇ ਕਿਸੇ ਨੇ ਜਾਣਾ ਹੁੰਦਾ, ਸਾਰੀ ਪੇਮੈਂਟ ਆਫਟਰ ਵੀਜ਼ਾ ਲੈਣੀ। ਸੋ ਅਸੀਂ ਕਦੇ ਵੀ ਐਡਵਾਂਸ ਲੈਣ ਦੇ ਵਿੱਚ ਯਕੀਨ ਨਹੀਂ ਰੱਖਦੇ, ਸਾਨੂੰ ਇਹ ਹੁੰਦਾ ਕਿ ਵੀਜ਼ਾ ਤੋਂ ਬਾਅਦ ਅਸੀਂ ਆਪਣੀ ਮਿਹਨਤ ਲਈਏ, ਉਹ ਵੀ ਰੀਜ਼ਨੇਬਲ ਪ੍ਰਾਈਸ। ਸੋ ਫਰੈਂਡਸ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇਹ ਨੌਲੇਜ ਸ਼ੇਅਰ ਕਰਕੇ। ਸੋ ਹੋਰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ, ਕੋਈ ਵੀ ਵੀਜ਼ਾ ਅਪਲਾਈ ਕਰਨਾ, ਕੋਈ ਵੀ ਇਨਫੋਰਮੇਸ਼ਨ ਅਵੇਅਰਨੈਸ ਦੀ ਤੁਹਾਨੂੰ ਲੋੜ ਆ, ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਮੇਰੇ ਨਾਲ 1-to-1 ਅਪੁਆਇੰਟਮੈਂਟ ਬਣਾ ਸਕਦੇ ਹੋ। ਨੀਚੇ ਦਿੱਤਾ ਨੰਬਰ ਆ ਜਿਹੜਾ ਉਸ 'ਤੇ ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ। ਸੋ ਇੰਸਟਾਗ੍ਰਾਮ ਦਾ ਵੀ ਜ਼ਰੂਰ ਚੈਨਲ ਫੋਲੋ ਕਰ ਲਿਓ, ਵੀਜ਼ਾ ਗੁਰੂ ਗੁਰਪ੍ਰੀਤ, ਔਰ ਦੂਜਾ ਚੈਨਲ ਹੈਗਾ ਵੀਜ਼ਾ ਗੁਰੂ ਗੁਰਪ੍ਰੀਤ ਨੰਬਰ 1, ਔਰ ਇੱਕ ਹੋਰ ਪੇਜ ਆ ਫੈਨ ਪੇਜ ਵੀਜ਼ਾ ਗੁਰੂ ਗੁਰਪ੍ਰੀਤ। ਸੋ ਇਹ 2-3 ਪੇਜ ਜ਼ਰੂਰ ਤੁਸੀਂ ਕਰਕੇ ਰੱਖਿਆ ਕਰੋ ਫੋਲੋ। ਇਸ ਦੇ ਨਾਲ ਕੀ ਹੁੰਦਾ ਕਿ ਤੁਸੀਂ ਅਵੇਅਰ ਰਹਿੰਦੇ ਹੋ, ਠੱਗੀ ਦਾ ਸ਼ਿਕਾਰ ਨਹੀਂ ਹੁੰਦੇ। ਹੁਣ ਸਭ ਤੋਂ ਹੌਟ ਟੌਪਿਕ ਇਹ ਬਣਿਆ ਹੋਇਆ ਏਅਰਪੋਰਟ ਵਾਲਾ, ਉਸ ਦੀਆਂ ਬਹੁਤ ਕਾਲਸ ਆਉਂਦੀਆਂ, ਉਹ ਵੀ ਮੈਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦਾ ਤੁਹਾਡੇ ਨਾਲ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੀ ਲੱਗਾ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਨਾਲ ਬਰਤਨ ਭਾਂਡੇ ਨਾ ਜ਼ਿਆਦਾ ਲੈ ਕੇ ਜਾਓ, ਇਹ ਨਾ ਸ਼ੋਅ ਹੋਵੇ ਕਿ ਤੁਸੀਂ ਇੱਥੇ ਰਹਿਣ ਆ ਰਹੇ ਹੋ।
ਕੋਈ ਵੀ ਤੁਹਾਨੂੰ ਅਸਾਈਲਮ ਲਈ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ। ਅਗਰ ਤੁਹਾਡੀ ਪ੍ਰੋਫਾਈਲ ਦਾ ਤੁਹਾਨੂੰ ਸਭ ਪਤਾ ਕੀ ਲੱਗਾ ਸੀ ਵਿੱਚ, ਤੁਹਾਡੀ ਜੈਨੂਇਨ ਇੰਟੈਂਸ਼ਨ, ਆਪਣੀ ਪ੍ਰੋਫਾਈਲ ਲੈ ਕੇ ਨਾਲ ਜਾਇਆ ਕਰੋ ਇੰਡੀਆ ਦੀ। ਅਗਰ ਤੁਸੀਂ ਜੋਬ ਕਰਦੇ ਹੋ, ਸਰਕਾਰੀ ਜੋਬ ਕਰਦੇ ਹੋ, ਐਗਰੀਕਲਚਰਿਸਟ ਹੋ, ਸ਼ੋਪਕੀਪਰ ਹੋ, ਬਿਜ਼ਨਸਮੈਨ ਹੋ, ਸੈਲਫ ਇੰਪਲਾਇਡ ਹੋ, ਕੋਈ ਵੀ ਤੁਹਾਡੀ ਜੋਬ ਆ, ਉਸਦੇ ਡਾਕੂਮੈਂਟਸ ਨਾਲ ਲੈ ਕੇ ਜਾਓ। GST ਨੰਬਰ ਹੋ ਗਿਆ, ਵਿਜ਼ਿਟਿੰਗ ਕਾਰਡ ਹੋ ਗਿਆ ਉਸਦਾ, ਠੀਕ ਹੈ ਜੀ, ਕਰੰਟ ਦੀ ਸਟੇਟਮੈਂਟ ਲੈ ਜਾਓ, ਉੱਥੇ ਦਿਖਾਓ ਆ ਦੇਖੋ ਜੀ ਮੈਂ ਤਾਂ ਵੈਲ ਸਟੈਬਲਿਸ਼ ਆ ਕੈਨੇਡਾ ਦੇ ਵਿੱਚ, ਔਰ ਮੇਰਾ ਆਹ ਮੇਰੀ ਪ੍ਰੋਫਾਈਲ ਆ, ਮੈਂ ਤਾਂ ਸਿਰਫ 10-15 ਦਿਨ ਲਈ ਘੁੰਮਣ ਲਈ ਆਇਆ ਇੱਥੇ, ਤਾਂ ਮੈਂ ਅਸਾਈਲਮ ਸਟੇ ਕਿਵੇਂ ਸਰ ਪਾ ਸਕਦਾ? ਸੋ ਮੇਰੀ ਆ ਪ੍ਰੋਫਾਈਲ ਸਟਰੋਂਗ ਆ, ਮੈਂ ਵੈਲ ਸੈਟਿਸਫਾਈ ਆ, ਪਲੀਜ਼ ਮੈਨੂੰ ਐਂਟਰੀ ਦਿਓ। ਸੋ ਇੱਦਾਂ ਕਰਕੇ ਤੁਸੀਂ ਕਨਵੈਂਸ ਕਰੋਗੇ, ਉਹ ਕਦੇ ਵੀ ਤੁਹਾਨੂੰ ਕਹਿਣਗੇ ਨਹੀਂ ਕਿ ਤੁਸੀਂ ਅਸਾਈਲਮ ਸਟੇ ਪਾਓ। ਬਟ ਹੁਣ ਕਈ ਅਸਾਈਲਮ ਸਟੇ ਨਾਲ ਯੰਗਸਟਰ ਆ ਸਾਡੇ ਜਿਹੜੇ, ਉਹ ਸੈਟਲ ਹੋ ਰਹੇ ਆ, ਉਹਨਾਂ ਨੂੰ ਇਹ ਚਲ 2-2.5 ਸਾਲਾਂ 'ਚ PR ਹੋ ਜੂਗੀ, ਉਹ ਆਪਣੀ ਜਗ੍ਹਾ ਠੀਕ ਆ। ਬਟ ਅਗਰ ਤੁਸੀਂ ਰੀਅਲੀ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਆਪਣੀ ਪ੍ਰੋਫਾਈਲ ਜ਼ਰੂਰ ਨਾਲ ਲੈ ਕੇ ਜਾਓ। ਸੋ ਫਰੈਂਡਸ, ਬਹੁਤ ਬਹੁਤ ਧੰਨਵਾਦ ਇਹਨਾਂ ਟਾਈਮ ਦੇਣ ਦੇ ਲਈ। ਥੈਂਕ ਯੂ ਫਰੈਂਡਸ, ਥੈਂਕ ਸੋ ਮੱਚ।